ਪਿੰਡ ਗੁਰੂਸਰ ਦੇ ਅਗਾਹਾਂ ਵਧੂ ਸੋਚ ਰੱਖਣ ਵਾਲੇ ਨੌਜਵਾਨ NRI ਜਗਮੀਤ ਸਿੰਘ ਪੁੱਤਰ ਬਲਰਾਜ ਸਿੰਘ ਝੋਰੜ ਨੇ ਆਪਣੇ ਬੇਟੇ ਦਵਨੀਤ ਦਾ ਜਨਮਦਿਨ ਸਰਕਾਰੀ ਪ੍ਰਾਇਮਰੀ ਸਕੂਲ ਦੇ 150 ਲੋੜਵੰਦ ਬੱਚਿਆਂ ਨੂੰ ਬੂਟ ਅਤੇ ਜੁਰਾਬਾਂ ਵੰਡ ਕੇ ਮਨਾਇਆ। ਇਸ ਮੌਕੇ ਸਕੂਲ ਚ ਬਹੁਤ ਹੀ ਸਾਦਾ ਸਮਾਗਮ ਕਰਵਾਇਆ, ਜਿਸ ਚ ਉਚੇਚੇ ਤੌਰ ਤੇ ਜਸਪ੍ਰੀਤ ਭਲਾਈਆਣਾ, ਰਘਵੀਰ ਸਿੰਘ ਗਿੱਲ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ। ਇਸ ਮੌਕੇ ਬਲਰਾਜ ਸਿੰਘ ਝੋਰੜ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਪੋਤੇ ਦਾ ਜਨਮਦਿਨ ਸਕੂਲੀ ਵਿਦਿਆਰਥੀਆਂ ਨਾਲ ਮਨਾ ਕੇ ਬਹੁਤ ਖੁਸ਼ੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਪਰਿਵਾਰ ਨੇ ਬਹੁਤ ਹੋਣਹਾਰ ਵਿਦਿਆਰਥਣ ਜਸਪ੍ਰੀਤ ਕੌਰ ਨੂੰ ਗੋਦ ਲਿਆ ਹੈ, ਜਿਸ ਦੇ ਮਾਂ ਪਿਓ ਇਸ ਦੁਨੀਆਂ ਚ ਨਹੀਂ ਹਨ ਅਤੇ ਉਸ ਦੀ ਮੁੱਢਲੀ ਪੜ੍ਹਾਈ ਤੋਂ ਲੈ ਕੇ ਉਚੇਚੀ ਪੜ੍ਹਾਈ ਤੱਕ ਖਰਚਾ ਚੁੱਕਾਂਗੇ। ਇਸ ਮੌਕੇ ਸਕੂਲ ਮੁਖੀ ਬਲਜੀਤ ਕੌਰ ਨੇ ਦਵਨੀਤ ਸਿੰਘ ਨੂੰ ਮੁਬਾਰਕਬਾਦ ਦਿੰਦਿਆਂ ਇਸ ਨੇਕ ਕਾਰਜ ਲਈ ਝੋਰੜ ਪਰਿਵਾਰ ਦਾ ਧੰਨਵਾਦ ਕੀਤਾ। ਮੇਰਾ ਨਾਂ ਜੀ ਜਗਮੀਤ ਸਿੰਘ, ਮੇਰੇ ਪਾਪਾ ਦਾ ਨਾਂ ਹੈ ਸਰਦਾਰ ਬਲਰਾਜ ਸਿੰਘ ਝੋਰੜ। ਅੱਜ ਜੀ ਮੇਰੇ ਬੇਟੇ ਦਾ ਜਨਮਦਿਨ ਹੈ ਦਵਨੀਤ ਸਿੰਘ, ਉਹ 5 ਸਾਲਾਂ ਦਾ ਹੋਇਆ। ਅਸੀਂ ਅੱਜ ਥੋੜ੍ਹਾ ਜਿਹਾ ਅਲੱਗ ਕਰਨ ਬਾਰੇ ਸੋਚਿਆ। ਅਸੀਂ ਸੋਚਿਆ ਕਿ ਘਰੇ ਬੈਠ ਕੇ ਮਨਾਉਣ ਨਾਲੋਂ ਅਸੀਂ ਕੁਛ ਐਕਸਟਰਾ ਕਰੀਏ, ਕੁਛ ਇੱਦਾਂ ਦਾ ਕਰੀਏ ਕਿ ਦੂਸਰੇ ਬੱਚਿਆਂ ਨੂੰ ਵੀ ਖੁਸ਼ੀ ਮਿਲੇ। ਅੱਜ ਅਸੀਂ ਆਹ ਪ੍ਰਾਇਮਰੀ ਸਕੂਲ ਗੁਰੂਸਰ ਦੇ ਵਿੱਚ ਅਸੀਂ 150 ਬੂਟ ਅਤੇ ਜੁਰਾਬਾਂ ਜਵਾਕ ਲੋੜਵੰਦ ਬੱਚਿਆਂ ਨੂੰ ਡੋਨੇਟ ਕੀਤੇ ਹੈਗੇ ਆ। ਸਾਰੇ ਬੱਚੇ ਜਿਨ੍ਹਾਂ ਨੂੰ ਠੰਡ ਦੀ ਰੁੱਤ ਆ ਰਹੀ ਹੈ ਜੀ, ਉਹਨਾਂ ਕੋਲ ਹੈ ਨਹੀਂ ਸੀਗੇ ਬੂਟ ਜੁਰਾਬਾਂ ਪਾਉਣ ਨੂੰ, ਅਸੀਂ ਸੋਚਿਆ ਉਹਨਾਂ ਦੀ ਹੈਲਪ ਕੀਤੀ ਜਾਵੇ। ਅੱਜ ਸਾਰੇ ਅਸੀਂ ਉੱਥੇ ਡੋਨੇਟ ਕਰਕੇ ਅਸੀਂ ਇਹ ਕੰਮ ਆਰੰਭ ਕੀਤਾ। ਸੋ ਸਾਡੇ ਵੱਲੋਂ ਸਾਰੇ ਬੱਚਿਆਂ ਨੂੰ ਅਗੇਨ ਬਹੁਤ ਸਾਰਾ ਪਿਆਰ ਅਤੇ ਸ਼ੁਭਕਾਮਨਾ। ਇੱਕ ਬੇਟੀ ਗੋਦ ਵੀ ਲੈ ਗਈ? ਹਾਂਜੀ, ਅੱਜ ਅਸੀਂ ਇੱਕ ਬੇਟੀ ਜਿਹੜੀ ਕਿ ਲੋੜਵੰਦ ਸੀਗੀ, ਉਹਦੇ ਪੇਰੈਂਟਸ ਦੀ ਡੈਥ ਹੋ ਚੁੱਕੀ ਸੀਗੀ। ਉਹ ਬੇਟੀ ਮੈਡਮਾਂ ਨੇ ਦੱਸਿਆ ਕਿ ਟੀਚਰਸ ਨੇ, ਸਟਾਫ ਨੇ ਦੱਸਿਆ ਕਿ ਪੜ੍ਹਨ 'ਚ ਬਹੁਤ ਜ਼ਿਆਦਾ ਹੁਸ਼ਿਆਰ ਹੈ ਜੀ। ਅਸੀਂ ਅੱਜ ਉਹਨੂੰ ਅਸੀਂ ਉਹਦੀ ਹੈਲਪ ਕੀ ਕਰਾਂਗੇ, ਜਿੰਨਾ ਵੀ ਬੱਚੀ ਪੜ੍ਹਨਾ ਚਾਹੇ ਸਾਰਾ ਅਸੀਂ ਉਹਦਾ ਖਰਚਾ ਪੜ੍ਹਾਈ ਦਾ ਅਸੀਂ ਚੁੱਕਾਂਗੇ। ਅੱਜ ਬੜੀ ਖੁਸ਼ੀ ਹੋਈ ਸਰਕਾਰੀ ਪ੍ਰਾਇਮਰੀ ਸਕੂਲ ਗੁਰੂਸਰ ਦੇ ਵਿੱਚ, ਜੋ ਕਿ ਇਸ ਪਿੰਡ ਦਾ ਸਮਾਜ ਸੇਵੀ ਪਰਿਵਾਰ ਹੈ, ਸਾਡੇ ਬਹੁਤ ਹੀ ਸਤਿਕਾਰਯੋਗ ਅੰਕਲ ਬਲਰਾਜ ਸਿੰਘ, ਉਹਨਾਂ ਦਾ ਬੇਟਾ ਜਗਮੀਤ, ਸਮਾਜ ਸੇਵੀ ਆਗੂ ਬਾਈ ਰਘੂਰਾਜ ਹੁਰੀ, ਇਹਨਾਂ ਸਾਰਿਆਂ ਨੇ ਦਵਨੀਤ ਦੇ ਜਨਮਦਿਨ ਮੌਕੇ ਇੱਕ ਜਿਹੜੀ ਨਵੀਂ ਅਤੇ ਵੱਖਰੀ ਢੰਗ ਨਾਲ ਜੋ ਜਨਮਦਿਨ ਨੂੰ ਮਨਾ ਕੇ ਜੋ ਪਿਰਤ ਪਾਈ ਹੈ, ਇਹ ਸਮਝਦੇ ਬਹੁਤ ਜਿੱਥੇ ਸ਼ਲਾਘਾਯੋਗ ਕਦਮ ਅਤੇ ਉਪਰਾਲਾ ਹੈ, ਜਿੱਥੇ 150 ਗਰੀਬ ਬੱਚਿਆਂ ਨੂੰ ਬੂਟ ਜੁਰਾਬਾਂ ਅਤੇ ਹੋਰ ਲੋੜੀਦਾ ਜਿਹੜਾ ਸਮਾਨ ਵੰਡਿਆ ਗਿਆ, ਉੱਥੇ ਉਹਨਾਂ ਨੇ ਇੱਕ 5ਵੀਂ ਕਲਾਸ ਦੀ ਇੱਕ ਬੱਚੀ ਨੂੰ ਅਡੋਪਟ ਕਰਕੇ ਉਸਦਾ ਸਾਰਾ ਵੀ ਜੋ ਵਿੱਦਿਆ ਦਾ, ਪੜ੍ਹਾਈ ਦਾ, ਜਿੰਨਾ ਵੀ ਉਹਦਾ ਖਰਚ ਹੋਊਗਾ ਉਹ ਬੱਚੀ ਇਹਨਾਂ ਨੇ ਗੋਦ ਲਈ ਹੈ। ਸੋ ਮੈਂ ਸਮਝਦਾ ਅਜਿਹੇ ਸਮਾਜ ਸੇਵੀ ਪਰਿਵਾਰ ਜੋ ਇਹਨਾਂ ਨੇ ਇੱਥੇ ਫੈਸਲਾ ਕੀਤਾ, ਜੇ ਹੋਰ ਵੀ ਪਿੰਡ ਐਸੀ ਰੀਤ ਪਵੇ ਜਿੱਥੇ ਸਰਕਾਰ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਰਾ ਚੱਲਦਾ, ਉੱਥੇ ਸਮਝਦੇ ਆ ਇਹੋ ਜਿਹੇ ਉਪਰਾਲੇ ਕਰਨ ਨਾਲ ਹੀ ਉਸ ਚੀਜ਼ ਨੂੰ ਅਮਲੀ ਰੂਪ ਦਿੱਤਾ ਜਾ ਸਕਦਾ। ਸੋ ਬੜੀ ਖੁਸ਼ੀ ਦੀ ਗੱਲ ਹੈ, ਮੈਨੂੰ ਵੀ ਇੱਕ ਸਮਾਜ ਸੇਵੀ ਤੌਰ 'ਤੇ ਜੋ ਇੱਥੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਦਾ ਜੋ ਮੌਕਾ ਮਿਲਿਆ, ਮੈਂ ਬੜਾ ਇਸ ਗੱਲ ਦਾ ਮਾਣ ਮਹਿਸੂਸ ਕਰਦਾ। ਸੋ ਅੱਗੇ ਤੋਂ ਵੀ ਅਸੀਂ ਅਜਿਹੇ ਸਮਾਜ ਸੇਵੀ ਵਿਅਕਤੀਆਂ ਦੇ ਨਾਲ, ਸਮਾਜ ਸੇਵੀ ਲੋਕਾਂ ਦੇ ਨਾਲ, ਪਿੰਡਾਂ ਦੇ ਵਿੱਚ ਇਹ ਅਜਿਹੀ ਜਿਹੜੀ ਇਹ ਕਿਰਤ ਹੈ ਇਹਨੂੰ ਅਸੀਂ ਅੱਗੇ ਵਧਾਵਾਂਗੇ।